हम गाए
प्रीत हम त्यागी। Oh,
भूख लागी इतनी मुख पला मुख पंथ को बतावे
तपते हर दर्शन को मेरा मन बहुत तपते ज्यों त्रिखावंत बिननी सफल नहीं हो रहे हैं। एक बार किसी से बड़े लोग इस राह पे देवते भी पे उन्होंने इस बिखड़े राह में इस पंथ में चागण लई मन भी बना लिया, फैसला भी कर लिया ते दुख चागे भी। गल वक्री है कि वह किन्ना चीजा नू दुख समझ रहे सन। गर्मिया के दिहाड़िया विच धुनिया तो अपनिया दुख ही है ना, पर तपिया ने जिन्होंने असी तप कहने उन्होंने तप एवें नहीं किते, यह आख के किथे रब दे मिलन दा रस्ता है, बिखड़ा है औखा है। सर्दियों के दिहाड़िया में जल धारे करने कोई सुख थोड़ा है, दुख ही है ना। चाक लिया लोगों ने जल धारे किते, घर बार छड़ के जंगलों में निथावां हो के दरख्तों की साया थले जीवन गुजारना, फल फूल पत्ते खा के आहार करना सुख थोड़ा है, दुखी है। और कितनी अजीब गल है, आम लोग जिन्हें ना मिलता हो सुख वो तो भला इस राह पैन घर खाने को रोटी नहीं, कारोबार कोई नहीं। ऐसा मनुख साध बन जाए, जोगी बन जाए, जंगलों में चला जाए, कड़ी बड़ी गल है, घर कड़ी उन्होंने सुख की गल सी। पर कड़ी अजीब गल है, परथनी वर्गा राजा दुनिया के सुखी लोग तो पड़ा सोचना पाएगा, दुखा में पाए हुए लोग तो पड़ा कर छन, चलो इतने कि सुख ने जंगल में फिर के रब भी प्राप्त कर ली। इनका मतलब रब की प्राप्ति उन्होंने समझ ली भी जे इथों नहीं मिलती तो चलो उधरों ही सुख ले ली, इतने कि सुखी हैं, जे जंगल में फिर लवेंगे तो चलो रब तो मिल पाएगा ना। इस
ਲਈ ਉਹ ਜੰਗਲਾਂ ਵਿੱਚ ਚਲੇ ਗਏ। ਮੰਨ ਲਓ ਕੋਈ ਬਹੁਤੀ ਵੱਡੀ ਗੱਲ ਨੇ, ਦੁਖੀ ਹੋ ਕੇ ਗਏ। ਗੁਰੂ ਨੇ ਵੀ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਮੈਂ ਉਹ ਦੇਖਣਾ ਜਿਹੜੇ ਨਿਕੰਮੇ ਨੇ, ਕੰਮ ਨਹੀਂ ਕਰ ਸਕਦੇ। ਉਹ ਸਾਧ ਬਣ ਗਏ, ਉਹ ਸਾਧ ਬਣ ਗਏ। ਕਿਹੜੀ ਵੱਡੀ ਗੱਲ ਹੈ, ਪਰ ਕਿਹੜੀ ਅਜੀਬ ਗੱਲ ਹੈ। ਰਾਜਾ ਪੱਥਰੀ ਵਰਗੇ, ਗੋਪੀ ਚੰਦ ਵਰਗੇ, ਜਿਹਨਾਂ ਕੋਲ ਰਾਜ ਮਹੱਲਾਂ ਦਾ ਜੀਵਨ ਸੀ, ਨਿਕਲ ਜਿਹਨਾਂ ਕੋਲ ਸੁੱਖ ਤੇ ਆਰਾਮ ਦੇ ਸਾਧਨ ਸਨ, ਜਿਹਨਾਂ ਕੋਲ ਲੋਕ ਸਲਾਮਾਂ ਕਰਨ ਵਾਲੇ ਵੀ ਸਨ, ਨਮਸਕਾਰਾਂ ਕਰਨ ਵਾਲੇ ਵੀ ਸਨ, ਨੌਕਰ ਚਾਕਰ ਵੀ ਸਨ, ਜੇ ਉਹ ਇੰਨੇ ਸੁੱਖ ਤਿਆਗ ਕੇ ਜੰਗਲਾਂ ਵਿੱਚ ਜਾਂਦਾ, ਇਹਦਾ ਮਤਲਬ ਮਨ ਬਣਾ ਲੈਂਦਾ ਵੀ ਰੱਬ ਦਾ ਰਾਹ ਔਖਾ ਹੈ ਤੇ ਮੈਂ ਜਾਗਣਾ। ਇਹ ਗੱਲ ਵੱਖਰੀ ਵੀ ਉਹਨਾਂ ਰਾਹਾਂ ਨੂੰ ਉਹ ਜਾਣਦਾ ਨਹੀਂ। ਗੁਰੂ ਨੇ ਵੀ ਇਹੋ ਗੱਲ ਬਾਣੀ ਵਿੱਚ ਕਹਿ ਦਿੱਤੀ, ਕਹਿਣ ਲੱਗੇ ਮਾਲਕ ਦਾ ਪੰਥ ਰਸਤਾ ਬੜਾ ਔਖਾ ਹੈ। ਉਹਦੇ ਕੋਲ ਮਿਲਣ ਜਾਣਾ, ਉਹਦੇ ਦਰਵਾਜ਼ੇ ਤੱਕ ਪਹੁੰਚਣਾ, ਉਹਦੇ ਘਰ ਤੱਕ ਪਹੁੰਚ ਪੈਦਾ ਕਰਨੀ ਕੋਈ ਆਸਾਨ ਨਹੀਂ। ਗੁਰਬਾਣੀ ਵਿੱਚ ਆਖਿਆ ਦੇਵਤਿਆਂ ਦਰਸ਼ਨ ਕੇ ਟਾਈਮ, ਰੱਬ ਨੂੰ ਮਿਲਣ ਵਾਸਤੇ, ਦਰਸ਼ਨ ਕਰਨ ਵਾਸਤੇ ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੂਖ ਤੀਰਥ ਕੀਏ। ਬਾਣੀ ਦਾ ਫੈਸਲਾ, ਉਹਨਾਂ ਨੇ ਦੁੱਖ ਚਾਗੇ, ਭੁੱਖੇ ਰਹਿ ਕੇ ਜੀਵਨ ਬਿਤਾਇਆ। ਲੋਕਾਂ ਨੇ ਕਹਾਣੀਆਂ ਵੀ ਕੱਢ ਲਈਆਂ, ਕਬੀਰ ਬਾਰੇ ਵੀ ਆਖ ਦਿੱਤਾ, ਫਰੀਦ ਬਾਰੇ ਵੀ ਆਖ ਦਿੱਤਾ, ਰੋਟੀ ਮੇਰੀ ਕਾਠ ਕੀ, ਰੋਟੀ ਮੇਰੀ ਕਾਠ ਕੀ, ਲਾਉਣ ਮੇਰੀ ਪਰ। ਕਿਸੇ ਨੇ ਕਦੇ ਕਾਠ ਦੀ ਲੱਕੜ ਦੀ ਰੋਟੀ ਵੀ ਨਾਲ ਬੰਨੀ? ਜਿਹਨੇ ਜੰਗਲਾਂ ਨੂੰ ਜਾਣਿਆ ਉਹਨੇ ਤੇ ਰੋਟੀ ਵੀ ਕਾਠ ਦੀ ਉਹਨੂੰ ਪਤਾ ਖਾਣ ਦੇ ਯੋਗ ਨਹੀਂ, ਉਹਨੇ ਨਾਲ ਬੰਨਣੀ ਕਿਉਂ ਹੈ? ਕਹਾਣੀ ਕੱਢੀ ਅਗਲੀ, ਸਿਰਫ ਅਗਲੀ ਗੱਲ ਜਿਹੜੀ ਹੈ ਉਹ ਨਾਲ ਨਹੀਂ ਪੜ੍ਹਦੇ। ਜਿਵੇਂ ਰਾਤਲ ਕੀਤੀ ਸੀ, ਮਨੁੱਖ ਨੂੰ ਸੁਭਾਅ ਹੈ, ਅੱਧੀ ਗੱਲ ਸੁਣਨੀ ਅੱਧੀ ਨਾ ਸੁਣਨੀ ਉਹ ਬੇਮਤਲਬ ਹੋ ਜਾਂਦੀ ਹੈ। ਆਖੇ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਪਰ ਅਗਲੀ ਲਾਈਨ ਵੀ ਤਾਂ ਪੜ੍ਹਨਾ, ਮਸਲਾ ਤਾਂ ਉਹ ਹੈ ਕਿ ਜਿੰਨਾ ਖਾਧੀ ਚੋਪੜੀ ਘੜੇ ਸਹਿਣਗੇ ਦੁੱਖ। ਚੋਪੜੀਆਂ ਖਾਣ ਵਾਲੇ ਦੁੱਖ ਕਦੋਂ ਸਹਿੰਦੇ ਨੇ? ਮਹੱਲਾਂ ਵਿੱਚ ਰਹਿਣ ਵਾਲੇ ਜੰਗਲਾਂ ਵਿੱਚ ਕਦੋਂ ਜਾਂਦੇ ਨੇ? ਆਹ ਗੱਲ ਮੁਸ਼ਕਲ ਹੈ, ਵਿਖਮਤਾ ਇਹੋ ਹੀ ਹੈ। ਜਿੰਨਾ ਖਾਧੀ ਚੋਪੜੀ ਕਦੇ ਸਹਿਣਗੇ ਦੁੱਖ। ਗੱਲ ਤੇ ਉਹ ਇਹ ਸਮਝਾਉਣਾ ਚਾਹੁੰਦੇ ਨੇ ਕਿ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਏ, ਬਾਕੀ ਗੱਲ ਆਪਾਂ ਪੜ੍ਹਦੇ ਹੀ ਨਹੀਂ, ਕੇਵਲ ਰੋਟੀ ਮੇਰੀ ਕਾਠ ਕੀ ਪੜ੍ਹ ਲੈਂਦੇ ਹਾਂ ਅਤੇ ਨਾਲ ਉਹਦੇ ਕਹਾਣੀ ਕੱਢਦੇ ਨੇ ਵੀ ਫਰੀਦ ਨੇ ਵੀ ਕਾਠ ਦੀ ਰੋਟੀ ਪੱਲੇ ਬੰਨ ਲਏ। ਭਰਿਆ, ਫਰੀਦ ਨੇ ਜੇ ਕਾਠ ਦੀ ਰੋਟੀ ਪੱਲੇ ਬੰਨਣੀ ਸੀ ਤਾਂ ਇਹਦਾ ਮਤਲਬ ਉਹਨੂੰ ਰੋਟੀ ਦੀ ਲੋੜ ਮਹਿਸੂਸ ਹੋਣੀ ਸੀ, ਆਉਂਦੀ ਸੀ। ਉਹ ਤਾਂ ਇਹ ਗੱਲ ਸਮਝਾਉਣਾ ਚਾਹੁੰਦਾ ਜਿਹੜੇ ਅੱਗੇ ਹੈ ਕਿ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਤਰਸਾਈ। ਅਸੀਂ ਬਾਣੀ ਦੇ ਹਰ ਮੋੜ ਤੇ ਖਲੋ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਵਿਖਮ ਕੀ ਹੈ ਜਿਹਨੂੰ ਗੁਰੂ ਨੇ ਆਖਿਆ ਮਾਰਗ ਪੰਥ ਨਾ ਜਾਣਨਾ? ਮੈਂ ਜਾਣਦਾ ਨਹੀਂ, ਵਿਖੜਾ ਔਖਾ ਔਖਾ
ਕਿਉਂ ਪਾਈਏ ਫਿਰ ਪਾਰੇ ਜਿਹੜਾ ਪਾਰ ਇਸ ਰਸਤੇ ਨੂੰ ਲੰਘ ਕੇ ਕੋਈ ਮੰਜ਼ਿਲ ਹੈ ਪ੍ਰੀਤਮ ਦਾ ਦਰਬਾਰ ਉੱਥੇ ਕਿਵੇਂ ਪਹੁੰਚਾਂ ਉੱਥੇ ਰਸਾਂ ਕਸਾਂ ਸਵਾਦਾਂ ਵਿੱਚ ਗ੍ਰਸੀ ਹੋਈ ਆਤਮਾ ਦਾ ਪਰਮਾਤਮਾ ਨਾਲ ਮੇਲ ਕਿਵੇਂ ਹੋਵੇ ਗਲਤ ਸਿਰਫ ਹੈ ਨਹੀਂ ਇਹਨਾਂ ਦਾ ਤਿਆਗ ਇੱਕ ਸਹਿਜ ਜੋ ਮਿਲੇ ਖਾ ਲਓ ਜੋ ਮਿਲੇ ਪਹਿਣ ਲਓ ਮੈਂ ਕਲਸ ਕੀਤੀ ਸੀ ਵੀ ਗੁਰੂ ਦੀ ਬਾਣੀ ਦੇ ਇੱਕ ਲਫ਼ਜ਼ ਨੇ ਕਿ ਹਰਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾ ਲਿਆ ਹਮ ਕੋ ਤ੍ਰਿਪਤ ਭਾਈ ਅਤੇ ਮੈਂ ਕੀਤੀ ਸੀ ਗੁਰੂ ਆਖ ਰਿਹਾ ਨਾਮ ਹੀ ਮੇਰਾ ਭੋਜਨ ਹੈ ਤਾਂ ਕੀ ਉਹ ਆਪਣੀ ਜ਼ਿੰਦਗੀ ਵਿੱਚ ਭੋਜਨ ਨਹੀਂ ਸੀ ਛਕਦਾ ਸੰਸਾਰਿਕ ਭੋਜਨ ਨਹੀਂ ਸੀ ਖਾਂਦਾ ਗੁਰੂ ਨੇ ਆਖ ਦਿੱਤਾ ਹਰਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ ਤਾਂ ਕਿ ਗੁਰੂ ਬਸਤਰ ਨਹੀਂ ਸੀ ਪਹਿਣਦਾ ਕਿਉਂਕਿ ਗੁਰੂ ਸਰੀਰ ਦੇ ਤਲ ਤੇ ਖਲੋ ਕੇ ਸਾਰੀਆਂ ਗੱਲਾਂ ਨਹੀਂ ਕਰ ਰਹੇ ਸਰੀਰ ਦੀ ਭੁੱਖ ਆਪਣੀ ਹੈ ਮਨ ਦੀ ਭੁੱਖ ਆਪਣੀ ਹੈ ਤਨ ਦਾ ਪਹਿਰਾਵਾ ਆਪਣਾ ਹੈ ਮਨ ਦਾ ਪਹਿਰਾਵਾ ਆਪਣਾ ਹੈ ਜਿਹੜਾ ਤਿਆਗ ਹੈ ਨਾ ਉਹ ਤਨ ਦੇ ਪਹਿਰਾਵੇ ਦਾ ਨਹੀਂ ਕਿਉਂਕਿ ਤਨ ਦੀ ਸਤਾ ਤੇ ਤਾਂ ਦੇਖਣਾ ਹੀ ਨਹੀਂ ਜੀਵਨ ਧਰਮ ਦੇ ਖੇਤਰ ਵਿੱਚ ਵੀ ਨਹੀਂ ਭੋਜਨ ਛਕਣਾ ਭੋਜਨ ਛਕਣਾ ਭੋਜਨ ਛੱਡਣ ਨਾਲ ਧਰਮ ਹੀ ਨਹੀਂ ਬਣ ਜਾਂਦਾ ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਦੇ ਤਨ ਛੋੜ ਕਰੇ ਪਖੰਡ ਇਹ ਤਾਂ ਪਖੰਡ ਹੈ ਜੋੜ ਦਿੱਤਾ ਵੀ ਜੈ ਪ੍ਰਸਾਦ 36 ਅੰਮ੍ਰਿਤ ਖਾਏ ਤੇ ਠਾਕੁਰ ਕੋ ਰਖਮਣ ਮਾਏ ਇਹਦੇ ਨਾਲ ਜੋੜ ਦਿੱਤਾ ਜੈ ਪ੍ਰਸਾਦ ਵਸੇ ਸੁਖ ਮੰਦਰ ਤੁਸੀਂ ਦਿਖਾਏ ਸਦਾ ਮਨ ਅੰਦਰ ਮਾਲਕ ਨੇ ਤੈਨੂੰ ਬਸਤਰ ਦਿੱਤੇ ਨੇ ਮੰਦਰ ਦਿੱਤੇ ਨੇ ਘਰ ਦਿੱਤੇ ਨੇ ਭੋਜਨ ਦਿੱਤੇ ਨੇ ਕਿਉਂ ਤਿਆਗਣਾ ਉਹਦੀ ਦਿੱਤੀ ਦਾਤ ਸਮਝ ਲੈ ਦੇਖ ਲਓ ਬਾਣੀ ਦੀ ਕੰਸੈਪਟ ਦੀ ਗਹਿਰਾਈ ਹੈ ਕਹਿੰਦੇ ਨੇ ਤਨ ਦੀਆਂ ਵਸਤੂਆਂ ਤਿਆਗਣ ਦਾ ਫਾਇਦਾ ਨਹੀਂ ਉਹ ਤਪੀ ਉਹ ਜਤੀ ਜੰਗਲਾਂ ਵਿੱਚ ਰਹਿਣ ਵਾਲੇ ਜਿਨ੍ਹਾਂ ਨੇ ਮੰਦਰ ਛੱਡ ਦਿੱਤੇ ਕੱਪੜੇ ਪਹਿਨਣੇ ਛੱਡ ਦਿੱਤੇ ਭੋਜਨ ਛਕਣਾ ਛੱਡ ਦਿੱਤਾ ਕੀ ਉਹ ਰੱਬ ਨੂੰ ਮਿਲ ਗਏ ਗੁਰੂ ਕਹਿੰਦੇ ਨਹੀਂ ਮਿਲੇ ਜੋਗੀ ਜਤੀ ਤਪੀ ਪਚ ਹਾਰੇ ਉਹ ਹਰੀ ਦੀ ਗੱਲ ਜਾਣ ਹੀ ਨਹੀਂ ਸਕੇ ਹਕੀਕਤ ਨਹੀਂ ਪਹੁੰਚ ਜਾਣੇ ਹਰ ਕੀ ਗੱਤ ਨਹੀਂ ਪਹੁੰਚ ਜਾਣੇ ਜੋਗੀ ਜਤੀ ਤਪੀ ਪਚਹਾਰੇ ਔਰ ਬਹੁਤ ਲੋਕ ਸਿਆਣੇ ਬੜੇ ਬੜੇ ਸਿਆਣਪਾਂ ਦੇ ਨਾਲ ਗ੍ਰਸੇ ਹੋਏ ਲੋਕ ਜਿਹੜੇ ਨੇ ਹਾਰ ਗਏ ਥੱਕ ਗਏ ਮੰਜ਼ਿਲ ਨਾ ਮਿਲੇ ਪ੍ਰਾਪਤੀ ਨਾ ਹੋਈ ਕਿਉਂਕਿ ਉਹ ਸਮਝਦੇ ਸਨ ਤਨ ਦਾ ਕੁਝ ਤਿਆਗਣ ਨਾਲ ਹੀ ਤਿਆਗ ਹੈ ਪਰ ਗੁਰੂ ਕਹਿੰਦੇ ਨੇ ਮਨ ਦੀਆਂ ਲੋਚਾਂ ਮਨ ਦੀਆਂ ਆਸਾਂ ਦਾ ਤਿਆਗ ਕਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇੱਕ ਸ਼ਬਦ ਪੜ੍ਹਨੇ ਸਤਿਗੁਰੂ ਕਹਿੰਦੇ ਨੇ ਪਰਿਆਇਕ ਖਿਆਲ ਕਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਹੈ ਜੋ ਨਾਰੇ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹ ਅਰ ਪਹਿ ਨਹੀਂ ਜਾ ਕੇ ਕੰਚਨ ਮਾਟੀ ਮਾਨੇ ਨੈ ਨਿਦਿਆ ਨੈ ਉਸਤਤ ਜਾ ਕੇ ਲੋਭ ਮੋਹ ਔਰ ਮਾਨਾ ਹਰ ਇੱਕ ਸੁਗ ਤੇ ਰਹਿ ਨਿਆਰੋ ਨਾਇ ਮਾ ਅੱਗੇ ਕੀ ਹੈ ਆਸਾ ਮਨਸਾ ਆਸਾ ਜਿਹੜੀਆਂ ਮਨ ਵਿੱਚ ਪੈਦਾ ਹੁੰਦੀਆਂ ਨੇ ਤੇ ਅੱਗ ਤੋਂ ਉਹਨੂੰ ਸਿਖਾਉਣਾ ਆਸਾ ਮਨਸਾ ਸਗਲ ਤੇ ਅੱਗੇ ਜਾਗਦੇ ਰਹੇ ਨਿਰਾਸ਼ਾ
ਸੰਸਾਰ ਵਿੱਚ ਸੰਸਾਰ ਦੀਆਂ ਵਸਤੂਆਂ ਜਾਂ ਸੰਸਾਰ ਦੀਆਂ ਵਸਤੂਆਂ ਦੀ ਪਹੁੰਚ ਤੱਕ ਹੀ ਮਨ ਸੀਮਿਤ ਨਾ ਰਹਿ ਜਾਏ। ਤਿਆਗ ਹੋ ਚੀ ਪਹੁੰਚ ਹੋ ਚੀ ਗੁਰੂ ਨੇ ਇਸੇ ਲਈ ਖਿਆਲ ਦੇ ਦਿੱਤਾ। ਕਹਿਣ ਲੱਗੇ ਜਿਹਨਾਂ ਲੋਕਾਂ ਨੇ ਸੰਸਾਰ ਦੀਆਂ ਵਸਤੂਆਂ ਤਿਆਗੀਆਂ ਪ੍ਰਥਵੀ ਵਰਗੀਆਂ ਨੇ, ਕੀ ਉਹ ਪ੍ਰਾਪਤ ਕਰ ਗਏ, ਸਫਲ ਹੋ ਗਏ? ਨਹੀਂ ਹੋਏ। ਫਿਰ ਕਹਿਣ ਲੱਗੇ ਕਿਉਂਕਿ ਤਨ ਨੂੰ ਕਿਸੇ ਗੱਲ ਤੋਂ ਹੋੜਨਾ ਸੌਖਾ ਹੈ, ਮਨ ਨੂੰ ਹੋੜਨਾ ਔਖਾ ਹੈ, ਕਿਉਂਕਿ ਮਨ ਹੈ ਸੂਖਮ, ਉਹ ਸਾਡੀ ਪਕੜ ਤੋਂ ਬਾਹਰ ਹੈ। ਆ ਤਨ ਤਾਂ ਜਦੋਂ ਜੇਲ੍ਹ ਵਿੱਚ ਦੇ ਦਿੰਦੇ ਨੇ ਉਹ ਜੇਲ੍ਹ ਦਾ ਸੁਪਰਡੈਂਟ ਵੀ ਕੰਟਰੋਲ ਕਰ ਲੈਂਦਾ, ਉਹਦੀ ਮਰਜ਼ੀ ਬਿਨਾਂ ਰੋਟੀ ਨਹੀਂ ਮਿਲ ਸਕਦੀ ਉੱਥੇ, ਤੁਸੀਂ ਆਪਣੀ ਮਰਜ਼ੀ ਦਾ ਖਾਣਾ ਨਹੀਂ ਖਾ ਸਕਦੇ ਉੱਥੇ, ਆਪਣੀ ਮਰਜ਼ੀ ਦਾ ਪਹਿਨ ਨਹੀਂ ਸਕਦੇ ਉੱਥੇ, ਆਪਣੀ ਮਰਜ਼ੀ ਨਾਲ ਸੌ ਨਹੀਂ ਸਕਦੇ, ਜਾਗ ਨਹੀਂ ਸਕਦੇ। ਤਨ ਹੈ ਨਾ, ਤਨ ਉਹਦੇ ਹੱਥ ਵਿੱਚ ਹੈ। ਪਰ ਵਿਸ਼ਵਾਸ ਕਰੋ, ਤੁਹਾਡਾ ਮਨ ਜੇਲ੍ਹ ਦਾ ਸੁਪਰਡੈਂਟ ਨਹੀਂ ਕਾਬੂ ਕਰ ਸਕਦਾ, ਉਹਨੂੰ ਕੰਟਰੋਲ ਨਹੀਂ, ਸੂਖਸ਼ਮ ਹੈ, ਉਹਨੂੰ ਜਿਹੜਾ ਗ੍ਰਿਪ ਲਿਆਉਣਾ ਉਹਨੂੰ ਆਪਣੇ ਕਬਜ਼ੇ ਵਿੱਚ ਕਰਨਾ ਔਖਾ ਹੈ। ਅਤੇ ਗੁਰੂ ਕਹਿੰਦੇ ਨੇ ਇਹੋ ਹੀ ਬਿਖਮ ਹੈ, ਰੱਬ ਦੇ ਰਾਹ ਵਿੱਚ ਮਨ ਨੂੰ ਤਾਂ ਕੰਟਰੋਲ ਕਰਨਾ। ਰੱਬ ਦਾ ਰਾਹ ਕੀ ਮਾਰਗ ਪੰਥ ਨਾ ਜਾਣੋ ਬਿਖੜਾ, ਕਿਉਂ ਪਾਈਐ ਪਿਰ ਪਾਰੇ, ਪ੍ਰਭੂ ਦੇ ਮਿਲਾਪ ਲਈ ਮਨ ਦੀ ਲੋੜ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ। ਕਹਿਣ ਲੱਗੇ ਜ਼ਰੂਰ ਸਿਕੰਚਨ ਸਿਓ ਪਾਈਐ ਨਹੀਂ ਤੋਲ। ਅਗਲੀ ਲਾਈਨ ਪੜ੍ਹੋ। ਮਨ ਦੇ ਆਰਾਮ ਲਈ ਉੱਥੇ ਤਾਂ ਸੌਦਾ ਹੀ ਬਣਦਾ, ਸੌਦਾ ਬਣਦਾ, ਉਹ ਤੇਰੇ ਕੰਟਰੋਲ ਵਿੱਚ ਨਹੀਂ। ਬਸ ਜਿਹੜੀ ਚੀਜ਼ ਔਖੀ ਹੋਵੇ ਉਸ ਦਾ ਨਾਂ ਹੀ ਬਿਖਮ ਹੈ। ਬਿਖਮ ਦਾ ਅਰਥ ਕੀ ਔਖਾ? ਰੱਬ ਦਾ ਰਾਹ ਹੈ ਮਨ ਨੂੰ ਕੰਟਰੋਲ ਕਰਨਾ, ਇਹ ਬਿਖਮ ਹੈ। ਕਹਿਣ ਲੱਗੇ ਮਾਰਗ ਪੰਥ ਨਾ ਜਾਣੋ ਬਿਖੜਾ। ਕਹਿਣ ਲੱਗੇ ਆਵੇ ਕੋਈ ਸੰਸਾਰ ਦਾ ਮਨੁੱਖ ਜਿਹੜਾ ਮੈਨੂੰ ਇਹ ਸਮਝਾ ਦੇਵੇ ਰੱਬ ਦਾ ਹਰੀ ਦਾ ਪੰਥ ਕਿਹੜਾ ਹੈ। ਲਓ ਇੱਕ ਲਫ਼ਜ਼ ਬੜਾ ਖੂਬਸੂਰਤ ਹੈ, ਹਰ ਕਾ ਪੰਥ ਪਉ ਬਤਾਵੇ। ਜਦੋਂ ਦਾ ਸਰੀਰ ਮਨੁੱਖਾਂ ਦੇ ਇਕੱਠ ਨੂੰ ਪੰਥ ਲਿਖਿਆ ਗਿਆ ਨਾ ਮਰਿਆਦਾ ਵਿੱਚ, ਆ ਉਦੋਂ ਦੀ ਪਰੇਸ਼ਾਨੀ ਹੋ ਗਈ ਹੈ। ਇਹਦੀ ਫਲਾਣੇ ਦਾ ਪੰਥ ਹੈ, ਇਹ ਫਲਾਣੇ ਦਾ ਪੰਥ ਹੈ, ਇਹ ਪੰਥ ਦਾ ਹੁਕਮ ਹੈ, ਇਹ ਪੰਥ ਦਾ ਫੈਸਲਾ ਹੈ। ਜਿਵੇਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਪੰਥ ਸੀ ਨਾ, ਉਦੋਂ ਤੱਕ ਰਸਤਾ ਸੀ। ਪੜ੍ਹ ਲਓ ਸਾਰਾ, ਮਾਰਗ ਪੰਥ ਨਾ ਜਾਣੋ ਬਿਖੜਾ, ਕਿਉਂ ਪਾਈਐ ਪਿਰ ਪਾਰੇ, ਹਰ ਕਾ ਪੰਥ ਕੋ ਬਤਾਵੇ। ਦੱਸੋ ਰੱਬ ਦਾ ਪੰਥ ਇਹਨਾਂ ਵਿੱਚ, ਅੱਜ ਪੰਥ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਪੁੱਛੋ ਇਹਨਾਂ ਕੋਲੋਂ ਵੀ ਇਹਨਾਂ ਵਿੱਚੋਂ ਹਰੀ ਦਾ ਪੰਥ ਕਿਹੜਾ ਹੈ। ਫੈਸਲਾ ਬਣੀਦਾ, ਹਰ ਕਾ ਪੰਥ ਕੋ ਬਤਾਵੇ, ਜੇ ਹੋਵੇ ਹਰੀ ਦਾ ਪੰਥ। ਅੱਜ ਵੀ ਹੁਣ ਇਹੋ ਗੱਲ ਆਖੀ ਜਾਂਦੀ ਹੈ, ਇਹ ਪੰਥ ਦਾ ਫੈਸਲਾ ਜੀ। ਮੈਂ ਇੱਕ ਵਾਰ ਕੀਤੀ ਸੀ ਪਿਛਲੇ ਦਿਨ, ਉਹ ਵੀਡੀਓ ਪਈ ਹੋਈ ਹੈ, ਆ ਪੰਜ ਚਾਰ ਸਾਲ ਪਹਿਲਾਂ ਜਦੋਂ ਇਲੈਕਸ਼ਨ ਸਨ ਨਾ, ਉਦੋਂ ਪਹਿਲੇ ਪ੍ਰੈਜੀਡੈਂਟ ਸ਼੍ਰੋਮਣੀ ਕਮੇਟੀ ਦੇ ਨੇ ਆਪਣੇ ਅਮਲੇ ਫੈਲੇ ਨੂੰ ਬੁਲਾ ਕੇ ਉੱਥੇ ਅੰਮ੍ਰਿਤਸਰ ਵਿੱਚ ਹੀ ਜਿਹੜਾ ਇਲੈਕਸ਼ਨ 'ਚ ਖੜਾ ਸੀ ਜੇਟਲੀ ਉਦੋਂ, ਅਤੇ ਉਹਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਆਖਿਆ ਇਹ ਪੰਥਕ ਫੈਸਲਾ ਤੁਹਾਨੂੰ ਸੁਣਨ ਲੱਗਾ, ਪੰਥ ਦਾ ਹੁਕਮ ਹੈ। ਉੱਥੇ ਲਫ਼ਜ਼ ਕੇ ਲਫ਼ਜ਼ ਬਲਕਿ ਉੱਥੇ ਲਫ਼ਜ਼ ਆ ਵੀਡੀਓ ਵਿੱਚ, ਇਹ ਗੁਰੂ ਪੰਥ ਦਾ ਹੁਕਮ ਹੈ। ਮੋਰ ਜੇਟਲੀ ਨੂੰ ਪਾਉਣੀ ਹੈ, ਫਿਰ ਉਹ ਹਲਕਾ ਪੰਥ ਹੋਇਆ। ਦੁਕਾਨ ਤਾਂ ਹੋਵੇ ਹਲਕਾ ਪੰਥ, ਤੇ ਆਖੇ ਭਗੌਤੀ ਨੂੰ ਸਿਮਰੇ ਬਿਨਾਂ ਤੁਸੀਂ ਅਰਦਾਸ ਨਹੀਂ ਕਰ ਸਕਦੇ, ਹੈ ਅਕਾਲ ਪੁਰਖ ਦੀ ਹਰੀ ਦੀ ਗੱਲ ਨਹੀਂ ਕਰ ਸਕਦੇ, ਭਗੌਤੀ ਦੀ ਕਰਨੀ ਪੈਗੀ, ਫਿਰ ਉਹਨੂੰ ਹਲਕਾ ਪੰਥ ਆਖੋਗੇ? ਖੜੇ ਇੱਥੋਂ ਹੋਣਗੇ, ਕਿਉਂਕਿ ਅਸੀਂ
ਹਰਕਾ ਪੰਥ ਨਹੀਂ ਰਹਿਣ ਦਿੱਤਾ। ਹੋਵੇ ਹਰਕਾ ਪੰਥ, ਹਰਕਾ ਪੰਥ ਇਹ ਨਹੀਂ ਆਖੇਗਾ ਮਹਾਂਕਾਲ ਕਾਲ ਕਾ ਆਰਾਧ, ਹਰਕਾ ਪੰਥ ਇਹ ਨਹੀਂ ਆਖੇਗਾ ਕਿ ਭਲਿਆ ਤੂੰ ਛੱਡ ਦੇ ਹਰੀ ਦਾ ਨਾਂ, ਛੱਡ ਦੇ ਅਕਾਲ ਪੁਰਖ ਦਾ ਨਾਂ। ਗੁਰੂ ਤਾਂ ਆਖ ਰਿਹਾ ਹੋਵੇ ਹਮਾਰੇ ਕੇ ਹਰੀ ਹਰੀ ਆਨ ਅਵਲ ਸੰਜਾਨ ਨਾ ਕਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰਕਾ ਪੰਥ ਹੈ, ਹਰਕਾ ਪੰਥ ਹੈ। ਜੇ ਅਸੀਂ ਰੱਬ ਦੇ ਰਾਹਾਂ ਤੇ ਤੁਰਨਾ ਹੈ, ਜੇ ਪ੍ਰਭੂ ਮਿਲਾਪ ਦਾ ਖੁਆਬ ਸੁਪਨਾ ਲੈਣਾ ਹੈ, ਅਜੇ ਤੱਕ ਤਾਂ ਸੁਪਨਾ ਹੀ ਹੈ। ਦੁਨੀਆਂ ਅੰਦਰ ਜਿੰਨੇ ਮਨੁੱਖ ਦਿਨ ਰਾਤ ਰੱਬ ਦੀਆਂ ਗੱਲਾਂ ਕਰਦੇ ਨੇ, ਉਹਨਾਂ ਕੋਲ ਪੁੱਛੋ ਰੱਬ ਕਦੀ ਦੇਖਿਆ? ਸੁਪਨਾ ਹੀ ਬਣਿਆ ਹੋਇਆ, ਕਿਉਂ ਬਣਿਆ ਹੋਇਆ? ਜੇ ਭਰਿਓ ਰੱਬ ਦਾ ਸੁਪਨਾ ਵੀ ਲੈਣਾ ਨਾ, ਤੁਹਾਨੂੰ ਪੁੱਛਣਾ ਪਏਗਾ ਕੌਣ ਦੱਸੇ ਰਾਹ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਪੁੱਛੋ ਦੀਨ ਮੇਰੋ ਠਾਕਰ ਕੈਸਾ, ਪੁੱਛੋ ਦੀਨ ਮੇਰੋ ਠਾਕਰ ਕੈਸਾ, ਹੀਓ ਅਰਾਪੋ ਹੀਓ ਅਰਾਪੋ ਦੇਹੋ ਸੰਦੇਸਾ, ਸੰਦੇਸਾ ਪ੍ਰਭ ਜੀਓ ਕੈਸਾ, ਕਿਹ ਮੋਹਨ ਪਰਵੇਸਾ। ਮੈਨੂੰ ਦੱਸੋ ਮੇਰਾ ਰੱਬ ਕਿਹੋ ਜਿਹਾ ਹੈ ਤੇ ਕਿੱਥੇ ਰਹਿੰਦਾ ਹੈ? ਪ੍ਰਵੇਸ਼ਾ ਦਾ ਮਤਲਬ ਹੁੰਦਾ ਹੈ ਰਹਿਣ ਦਾ ਟਿਕਾਣਾ, ਆਪਾਂ ਗ੍ਰਹਿ ਪ੍ਰਵੇਸ਼ ਆਖਦੇ ਹਾਂ ਨਾ। ਪ੍ਰਵੇਸ਼ ਦਾ ਅਰਥ ਹੈ ਰਹਿਣ ਦਾ ਟਿਕਾਣਾ। ਤੇ ਉਹ ਸੰਦੇਸਾ ਕੀ? ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ, ਰੱਬ ਕਿਹੋ ਜਿਹਾ ਤੇ ਕਿੱਥੇ ਰਹਿੰਦਾ? ਇਹ ਭਲਾ ਮਨੁੱਖਾਂ ਦਾ ਇਕੱਠ ਜੇ ਪੰਥ ਬਣ ਜਾਏ ਤੇ ਉਹ ਦੱਸ ਸਕਦਾ? ਲਓ ਆਹ ਦੁਕਾਨ ਤੇ ਕੋਈ ਸੱਚਾਈ ਹੈ ਬੜੇ ਸਿੱਧੇ ਲਫ਼ਜ਼ਾਂ ਵਿੱਚ। ਜੇ ਇਹ ਮਨੁੱਖਾਂ ਦਾ ਇਕੱਠ ਜਿਹੜਾ ਪੰਥ ਬਣਾ ਦਿੱਤਾ ਗਿਆ ਹੈ, ਇਹਨੂੰ ਅਸੀਂ ਹਰਕਾ ਪੰਥ ਮੰਨ ਲਈਏ, ਗੁਰੂ ਦਾ ਪੰਥ ਤਾਂ ਆਖੀ ਜਾਂਦੇ। ਜੇ ਇਹਨੂੰ ਹਰਕਾ ਪੰਥ ਮੰਨ ਲਈਏ ਤੇ ਇਹਦੇ ਕੋਲੋਂ ਪੁੱਛੀਏ ਕਿ ਦੇਹੋ ਸੰਦੇਸਾ ਪ੍ਰਭ ਜੀਓ ਕੈਸਾ ਕਿ ਮੋਹਨ ਪਰਵੇਸਾ, ਉਹ ਹਰੀ ਦੇ ਪੰਥ ਵਾਲਿਓ, ਉਹ ਗੁਰੂ ਦੇ ਪੰਥ ਵਾਲਿਓ, ਮੈਨੂੰ ਇੰਨਾ ਸਮਝਾ ਦਿਓ ਕਿ ਮੇਰਾ ਰੱਬ ਕਿਹੋ ਜਿਹਾ ਤੇ ਕਿੱਥੇ ਰਹਿੰਦਾ? ਰੋਜ਼ ਦੇਖ ਰਹੇ ਹਾਂ, ਕਿਉਂਕਿ ਰੋਜ਼ਾਨਾ ਦੀਆਂ ਜੀਵਨ ਦੀਆਂ ਹੱਡ ਬੀਤੀਆਂ ਉਹ ਵੀ ਬੜੀ ਸਿੱਖਿਆ ਦਿੰਦੀਆਂ ਨੇ। ਤੁਸੀਂ ਦੇਖ ਰਹੇ ਹੋ ਰੋਜ਼ ਆਏ ਦਿਨ ਕੋਈ ਨਾ ਕੋਈ ਕ੍ਰਿਸ਼ਮਾ ਦਿਖਾਇਆ ਜਾਂਦਾ, ਇੱਥੇ ਆ ਹੋ ਗਿਆ, ਇੱਥੇ ਆ ਹੋ ਗਿਆ, ਫਲਾਣੇ ਦੀਆਂ ਹੱਡੀਆਂ ਜੁੜ ਗਈਆਂ, ਫਲਾਣਾ ਚੱਲਣ ਜੋਗਾ ਨਹੀਂ ਸੀ, ਚੱਲਣ ਜੋਗਾ ਹੋ ਗਿਆ। ਮੈਂ ਬੜਾ ਹੈਰਾਨ ਹੋਇਆ ਕਿਸੇ ਵੀਰ ਨੂੰ, ਉਹਦਾ ਨਤੀਜਾ ਨਿਕਲਿਆ ਦਿਨ ਬ ਦਿਨ ਸ਼ਰਧਾ ਟੁੱਟ ਰਹੀ ਹੈ। ਹੁਣ ਇੰਨੀ ਅਨਪੜ੍ਹਤਾ ਨਹੀਂ, ਹੁਣ ਇੰਨੀ ਅਨਪੜ੍ਹਤਾ ਨਹੀਂ ਕਿ ਜਿਵੇਂ ਕੋਈ ਆਖੇ ਉਵੇਂ ਮੰਨੀ ਜਾਓ, ਠੀਕ ਹੈ ਸਿਰ ਝੁਕਾਈ ਚਲੋ। ਹੁਣ ਹਰ ਆਦਮੀ ਸੋਚਦਾ ਕਿਸੇ ਨੇ ਬੜਾ ਖੂਬਸੂਰਤ ਇੱਥੇ ਵਿਆਹ ਵੀ ਲਿਖਿਆ, ਉਹ ਕਹਿਣ ਲੱਗਾ ਕਿ ਏਡੀ ਅਜੀਬ ਗੱਲ ਹੈ, ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਹੀ ਰੱਬ ਰਹਿੰਦਾ। ਮੈਂ ਕਿਹਾ ਉਹਨੇ ਆਖਿਆ ਲਿਖਿਆ ਗੁਰਬਾਣੀ ਦਾ ਪ੍ਰਮਾਣ ਦੇ ਕੇ, ਕਹਿੰਦਾ ਗੁਰਬਾਣੀ ਤਾਂ ਇਹ ਆਖ ਰਹੀ ਹੈ ਅੱਲੋ ਏਕ ਮਸੀਤ ਬਸਤ ਹੈ ਅਵਰ ਮਨੁੱਖ ਕਿਸ ਕੇਰਾ,
ਜਿਸੀ ਗੁਰਬਾਣੀ ਦੀ ਅਗਵਾਈ ਲਈਏ ਕਿੱਡਾ ਸੋਹਣਾ ਵਿਅੰਗ ਹੈ। ਰੱਬ ਜੇ ਇੱਕ ਮਸੀਤ ਵਿੱਚ ਰਹਿੰਦਾ ਹੈ ਤੇ ਮਸੀਤ ਤੋਂ ਬਾਹਰ ਦਾ ਦੁਨੀਆ ਸੰਸਾਰ ਜਿਹੜਾ ਉਹ ਕਹਿੰਦਾ ਹੈ ਬਾਣੀ ਕਹਿੰਦੀ ਅੱਲਾਹ ਇੱਕ ਮਸੀਤ ਬਸਤ ਹੈ ਔਰ ਮੁਲਖ ਕਿਸ ਕੇ ਨਾ ਕਹਿੰਦਾ ਕਿ ਰੱਬ ਕੇਵਲ ਮਸੀਤ ਵਿੱਚ ਹੀ ਰਹਿੰਦਾ ਬਾਹਰ ਨਹੀਂ ਜਾਂਦਾ। ਤੇ ਉਹਨੇ ਵਿਅੰਗ ਲਿਖਿਆ ਉਹ ਕਹਿੰਦਾ ਕਿ ਸਾਡਾ ਰੱਬ ਕੇਵਲ ਪਰਕਰਮਾ ਵਿੱਚ ਹੀ ਰਹਿੰਦਾ ਉੱਥੇ ਕੋਈ ਦੁਖੀ ਆ ਜਾਏ ਤੇ ਉਹਦੀ ਸਹਾਇਤਾ ਕਰਦਾ ਤੇ ਆ ਨਾਲ ਉਹ ਲਫ਼ਜ਼ ਲਿਖਣੇ ਉਹ ਕਹਿੰਦਾ ਨਾਲ ਪਿੰਗਲ ਵਾਲਾ ਰੱਬ ਉੱਥੇ ਰੱਬ ਨੂੰ ਉੱਥੇ ਲੈ ਜਾਓ ਵਿਅੰਗ ਕੀਤਾ ਸਮਾਂ ਨਿਰੀ ਸ਼ਰਧਾ ਅੰਧੀ ਸ਼ਰਧਾ ਦਾ ਨਹੀਂ ਹੁਣ ਗਿਆਨਵਾਨ ਸ਼ਰਧਾ ਦਾ ਸਮਾਂ ਹੈ। ਇਸ ਲਈ ਤੁਹਾਨੂੰ ਗਿਆਨ ਦੀ ਦੁਨੀਆ ਵਿੱਚ ਜਾ ਕੇ ਕਿਸੇ ਦਲੀਲ ਦੀ ਦੁਨੀਆ ਵਿੱਚ ਜਾ ਕੇ ਆਪਣਾ ਪਖੰਡ ਸਪਸ਼ਟ ਕਰਨਾ ਪਏਗਾ। ਕਹਿੰਦਾ ਉਹ ਰੱਬ ਜਿਹੜਾ ਪ੍ਰਕਰਮਾਂ ਵਿੱਚ ਕਿਸੇ ਨੂੰ ਠੀਕ ਕਰਦਾ ਜੇ ਉਹਦੇ ਮਨ ਵਿੱਚ ਦਇਆ ਹੈ ਤੇ ਉਸ ਰੱਬ ਨੂੰ ਨਾਲ ਪਿੰਗਲ ਵੜਾ ਹੈ ਉੱਥੇ ਲੈ ਜਾਓ ਉਹਨੂੰ ਵਿਖਾਓ ਉੱਥੇ ਕਿੰਨੇ ਪਿੰਗਲੇ ਬੈਠੇ ਨੇ ਜਿਹਨਾਂ ਕੋਲ ਚੱਲਿਆ ਨਹੀਂ ਜਾਂਦਾ ਜਿਹਨਾਂ ਕੋਲ ਖਾਧਾ ਨਹੀਂ ਜਾਂਦਾ ਜਿਹਨਾਂ ਕੋਲ ਪਹਿਨਿਆ ਨਹੀਂ ਜਾਂਦਾ ਉਹਨਾਂ ਦਾ ਜੀਵਨ ਮੁਹਾਲ ਹੈ ਉੱਥੇ ਸਾਡੇ ਰੱਬ ਨੂੰ ਤਰਸ ਕਿਉਂ ਨਹੀਂ ਆਉਂਦਾ ਕੀ ਜਵਾਬ ਦਿਓ ਕੀ ਜਵਾਬ ਦਿਓ। ਪਰ ਮਜਬੂਰੀ ਇਹ ਹੈ ਕਿ ਇਹ ਸਭ ਕੁਝ ਇੱਕ ਐਸੇ ਇਕੱਠ ਵੱਲੋਂ ਐਸੇ ਪੰਥ ਵੱਲੋਂ ਹੋ ਰਿਹਾ ਹੈ ਉਹਨਾਂ ਦੇ ਫੈਸਲੇ ਵਿੱਚ ਹੋ ਰਿਹਾ ਹੈ ਜਿਹਨੂੰ ਗੁਰੂ ਦਾ ਪੰਥ ਹੋਣ ਦੀ ਮੋਹਰ ਲਾ ਦਿੱਤੀ ਗਈ ਹੈ। ਗੁਰੂ ਕਹਿੰਦੇ ਨੇ ਉਹ ਭਰਿਆ ਮੈਂ ਰੱਬ ਦਾ ਪੰਥ ਦੇਖਣਾ ਚਾਹੁੰਦਾ ਉਹ ਹੈ ਇੱਕ ਰਸਤਾ ਕੋਈ ਜਾਣਦਾ ਹੈ ਤਾਂ ਮੈਨੂੰ ਜ਼ਰੂਰ ਦੱਸੇ ਇਹ ਗੱਲ ਗੁਰੂ ਨਾਨਕ ਨੇ ਆਖੀ ਹੈ। ਗੁਰੂ ਨਾਨਕ ਕਹਿੰਦੇ ਨੇ ਅਖੀਰਲੀ ਲਾਈਨ ਹੈ ਹਰ ਦੇਖੇ ਜੀਵਤ ਹੈ ਨਾਨਕ ਮੈਂ ਤਾਂ ਰੱਬ ਨੂੰ ਵੇਖ ਵੇਖ ਕੇ ਜੀਉਣਾ ਮੈਨੂੰ ਕੋਈ ਰੱਬ ਦਾ ਰਾਹ ਦੱਸੇ ਮੈਂ ਉਹਦੇ ਉੱਤੋਂ ਕੁਰਬਾਨ ਜਾਵਾਂ ਮੈਨੂੰ ਰੱਬ ਦਾ ਪੰਥ ਕੋਈ ਦਿਖਾਵੇ ਮੈਂ ਉਹਦੇ ਤੋਂ ਕੁਰਬਾਨ ਜਾਵਾਂ ਕਿਉਂਕਿ ਮੈਂ ਉਸ ਪੰਥ ਰਾਹੀਂ ਪ੍ਰੀਤਮ ਨੂੰ ਮਿਲ ਪਵਾਂਗਾ। ਗੁਰੂ ਨਾਨਕ ਦੇ ਅਖੀਰਲੇ ਲਫ਼ਜ਼ ਨੇ ਕਹਿੰਦੇ ਨੇ ਹਰ ਦੇਖੇ ਜੀਵਤ ਹੈ ਨਾਨਕ ਮੈਂ ਤਾਂ ਰੱਬ ਨੂੰ ਵੇਖ ਵੇਖ ਕੇ ਜੀਉਣਾ ਮੈਨੂੰ ਕੋਈ ਉਹਦਾ ਰਾਹ ਦੱਸ ਦੇਵੇ ਕਹਿਣ ਲੱਗੀ ਹਰ ਅਸੀਂ
ਬਾਣੀ ਸੁਣਦੇ ਹਾਂ, ਪੜ੍ਹਦੇ ਹਾਂ, ਸਮਝਦੇ ਨਹੀਂ, ਜਾਂ ਫਿਰ ਵਿਸ਼ਵਾਸ ਨਹੀਂ ਕਰਦੇ। ਜੇ ਸਾਨੂੰ ਬਾਣੀ 'ਤੇ ਵਿਸ਼ਵਾਸ ਆ ਜਾਏ ਤਾਂ ਅੱਜ ਕੁਝ ਮਨੁੱਖ ਮਿਲ ਕੇ ਆਪਣੇ ਆਪ ਨੂੰ ਗੁਰੂ ਪੰਥ ਨਾ ਬਣ ਬੈਠਣ, ਅਤੇ ਫਿਰ ਗੁਰੂ ਪੰਥ ਬਣ ਕੇ ਸਾਨੂੰ ਗੁੰਮਰਾਹ ਕਰਕੇ ਕੁਰਾਏ ਨਾ ਪਾਉਣ ਕਿ ਜੋ ਅਸੀਂ ਆਖਦੇ ਹਾਂ, ਜੋ ਅਸੀਂ ਕਹਿੰਦੇ ਹਾਂ, ਮੰਨੋ ਅਸੀਂ ਗੁਰੂ ਪੰਥ ਹਾਂ। ਛੱਡ ਦਿਓ ਅਕਾਲ ਪੁਰਖ, ਛੱਡ ਦਿਓ ਹਰੀ, ਤੁਸੀਂ ਜੋ ਅਸੀਂ ਚਾਹੁੰਦੇ ਹਾਂ ਉਹਦਾ ਸਿਮਰਨ ਕਰੋ। ਇਹ ਗੱਲ ਉਹ ਕੋਈ ਕਹਿ, ਇਸੇ ਲਈ ਕਹਿੰਦੇ, ਲਿਖਤੀ ਰੂਪ 'ਚ ਕਹਿੰਦੇ ਨੇ, ਲਿਖ ਦਿੱਤਾ ਹੋਇਆ ਹੈ, ਤੁਸੀਂ ਆਹ ਨਹੀਂ ਛੱਡ ਸਕਦੇ। ਪੰਥਕ ਫੈਸਲਿਆਂ ਦੇ ਉਲਟ ਉਹ ਪੰਥਕ ਕੌਣ? ਇਹ ਗੱਲ ਨੂੰ ਸਿੱਖ ਨਹੀਂ ਸਮਝ ਰਿਹਾ। ਦੁਖਾਂਤ ਇਹ ਹੋ ਰਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸ ਪੰਥ ਦਾ ਜ਼ਿਕਰ ਕਰਦੀ ਹੈ, ਕੌਣ ਪੰਥ ਹੈ, ਇਸ ਦੀ ਪਰਿਭਾਸ਼ਾ ਦੱਸਦੀ ਹੈ। ਅਸੀਂ ਬਾਣੀ ਸੁਣ ਰਹੇ ਹਾਂ ਪਰ ਵਿਸ਼ਵਾਸ ਨਹੀਂ ਕਰ ਰਹੇ, ਉਹਦਾ ਦੁਖਾਂਤ ਭੋਗ ਰਹੇ ਹਾਂ। ਗੁਰੂ ਬਖਸ਼ਿਸ਼ ਕਰੇ ਸਾਨੂੰ ਬਾਣੀ 'ਤੇ ਵਿਸ਼ਵਾਸ ਆ ਜਾਏ ਤਾਂ ਕਿ ਅਸੀਂ ਇਸ ਦੁਖਾਂਤ ਵਿੱਚੋਂ ਨਿਕਲ ਸਕੀਏ। ਇਹਨਾਂ ਸ਼ਬਦਾਂ ਨਾਲ ਕਿਮਾਂ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।